ਜੋ ਵੀ ਬੱਚੇ ਲਗਾਤਾਰ ਪਬਜੀ ਖੇਡਦੇ ਰਹਿੰਦੇ ਨੇ ਉਹ ਇੱਕ ਵਾਰ ਇਹ ਵੀਡੀਓ ਦੇਖ ਕੇ ਸਮਝਣਗੇ ਕਿ ਇਹ ਵੀਡੀਓ ਗੇਮ ਤੁਹਾਡੇ ਲਈ ਕਿੰਨੀ ਖਤਰਨਾਕ ਹੋ ਸਕਦੀ ਹੈ। ਜੀ ਹਾਂ, ਇਸ ਵੀਡੀਓ ਵਿੱਚ ਤੁਸੀਂ ਦੇਖੋਗੇ ਕਿ ਕਿਵੇਂ ਪੰਜਾਬ ਦੇ ਪਠਾਨਕੋਟ ਸ਼ਹਿਰ ਵਿੱਚ ਰਹਿਣ ਵਾਲਾ ਸਾਹਿਲ ਨਾਮ ਦਾ ਇੱਕ ਲੜਕਾ, ਜਿਸ ਨੇ ਕਿ ਆਪਣੇ ਦੋਸਤ ਦੇ ਕਹਿਣ 'ਤੇ ਵੀਡੀਓ ਗੇਮ ਨੂੰ ਖੇਡਣਾ ਸ਼ੁਰੂ ਕੀਤਾ, ਪਰੰਤੂ ਪਿਛਲੇ 2 ਦਿਨਾਂ ਤੋਂ ਕੁਝ ਲਗਾਤਾਰ ਇਸ ਗੇਮ ਨੂੰ ਖੇਡ ਰਿਹਾ ਸੀ, ਜਿਸ ਕਾਰਨ ਸਾਹਿਲ ਦੀ ਦਿਲ ਦੀ ਧੜਕਣ ਇੰਨੀ ਕੁ ਤੇਜ਼ ਹੋ ਗਈ ਕਿ ਜਿਸ ਕਰਕੇ ਉਸਨੂੰ ਹੋਸਪਿਟਲ ਲਿਆਂਦਾ ਗਿਆ। ਅਤੇ ਤੁਹਾਨੂੰ ਦੱਸ ਦਿੰਦੇ ਹਾਂ, 2 ਦਿਨ ਦੇ ਇਲਾਜ ਤੋਂ ਬਾਅਦ ਹੁਣ ਸਾਹਿਲ ਦੀ ਹਾਲਤ ਵਿੱਚ ਸੁਧਾਰ ਹੋ ਪਾਇਆ। ਮੇਰਾ ਨਾਮ ਸਾਹਿਲ ਹੈ ਅਤੇ ਮੈਂ ਸ਼ਿਵਾਜੀ ਨਗਰ ਵਿੱਦਿਆ ਮੰਦਿਰ ਸਕੂਲ 'ਚ ਪੜ੍ਹਨਾ, ਪਲੱਸ 2 ਕਲਾਸ 'ਚ ਪੜ੍ਹਨਾ ਅਤੇ 2 ਦਿਨ ਹੋ ਗਏ ਮੈਨੂੰ ਪਬਜੀ ਖੇਡਦੇ। ਅਤੇ ਕੱਲ੍ਹ ਜਦੋਂ ਮੈਂ ਖੇਡ ਰਿਹਾ ਸੀ ਅਤੇ ਟਾਰਗੇਟ ਕਰਦੇ ਕਰਦੇ ਫਿਰ ਇਸ ਤੋਂ ਬਾਅਦ ਮੈਂ ਫੋਨ ਰੱਖਤਾ, ਜਿਸ ਕਰਕੇ ਮੇਰੀ ਹਾਰਟਬੀਟ ਤੇਜ਼ ਹੋ ਗਈ ਅਤੇ ਫਿਰ ਮੈਂ ਘਰਦਿਆਂ ਨੂੰ ਕਿਹਾ ਕਿ ਮੈਨੂੰ ਹੋਸਪਿਟਲ ਲੈ ਜਾਓ। ਅਤੇ ਫਿਰ ਘਰ ਦੇ ਹੋਸਪਿਟਲ ਲੈ ਕੇ ਆਏ। ਕਿਹਦੇ ਵੱਲ ਦੇਖ ਕੇ ਗੇਮ ਖੇਡਣੀ ਸ਼ੁਰੂ ਕੀਤੀ? ਮੇਰੇ ਫਰੈਂਡ ਕਹਿੰਦੇ ਸੀ ਨਾ ਕਿ ਸਹੀ ਆ ਗੇਮ, ਅਤੇ ਉਹਨਾਂ ਨਾਲ ਦੇਖ ਕੇ ਫਿਰ ਮੈਂ ਖੇਡਣਾ ਸ਼ੁਰੂ ਕੀਤਾ। ਇਸ ਗੇਮ ਨਾਲ ਪਹਿਲਾਂ ਵੀ ਕਈ ਜਿਹੜੇ ਹਾਦਸੇ ਹੋ ਚੁੱਕੇ ਆ, ਇਹਦੇ ਬਾਰੇ ਤੁਹਾਨੂੰ ਪਤਾ ਨਹੀਂ? ਹਾਂਜੀ ਪਤਾ ਜੀ, ਪਰ ਮੈਂ ਕਿਹਾ ਇੱਕ ਵਾਰੀ ਖੇਡ ਲਈ, ਫਿਰ ਮੈਂ ਡਾਊਨਲੋਡ ਕਰਕੇ ਫਿਰ ਮੈਂ ਖੇਡਣੀ ਸ਼ੁਰੂ ਕੀਤੀ। ਕਿੰਨੇ ਕਿੰਨੇ ਘੰਟੇ ਖੇਡੀ ਗੇਮ? ਇਹ ਲਗਾਤਾਰ 4-5 ਘੰਟੇ ਖੇਡੀ। ਅਤੇ ਫਿਰ ਹੁਣ ਕੀ ਕਹਿਣਾ ਚਾਹੁੰਦੇ ਬਾਕੀਆਂ ਨੂੰ ਵੀ ਕਿ ਜੇ ਗੇਮ ਨਾਲ ਕੀ? ਮੈਂ ਬਾਕੀਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਖਤਰਨਾਕ ਹੈ ਗੇਮ, ਅਤੇ ਜਿੱਦਾਂ ਮੇਰੇ ਨਾਲ ਹੋਇਆ ਕਿਸੇ ਨਾਲ ਨਾ ਹੋਏ, ਅਤੇ ਇਹ ਗੇਮ ਨਾ ਖੇਡੇ ਕੋਈ ਤਾਂ ਹੀ ਬਿਹਤਰ। ਹਾਂਜੀ, ਸਰਕਾਰ ਨੂੰ ਵੀ ਬੈਨ ਕਰਨੀ ਚਾਹੀਦੀ ਹੈ, ਖਤਰਨਾਕ ਹੈ। ਅਤੇ ਇਸ ਕਰਕੇ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਗੇਮ ਨਾ ਖੇਡੋ, ਖਤਰਨਾਕ। ਸਾਹਿਲ ਦਾ ਇਲਾਜ ਕਰਨ ਵਾਲੇ ਡਾਕਟਰ BS ਕਨਵਰ ਨਾਲ ਇਸ ਸੰਬੰਧੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਇਸ ਨੂੰ ਪਬਜੀ ਗੇਮ ਨੂੰ ਖਤਰਨਾਕ ਦੱਸਦੇ ਹੋਏ ਬੱਚਿਆਂ ਦੇ ਮਾਂ ਬਾਪ ਨੂੰ ਵੀ ਬੱਚਿਆਂ ਨੂੰ ਮੋਬਾਈਲ ਦੀ ਵਰਤੋਂ ਕਰਦੇ ਹੋਏ ਧਿਆਨ ਰੱਖਣ ਦੀ ਗੱਲ ਕਹੀ ਹੈ। ਸਾਹਿਲ ਬੱਚਾ ਹੈ, ਮੇਰੇ ਕੋਲ ਦਾਖਲ ਹੈਗਾ, ਉਹ ਆਇਆ ਤਾਂ ਬਿਹੇਵੀਅਰ ਚੇਂਜਿਸ ਨਾਲ ਸੀ, ਰੈਲੀਵੈਂਟ ਬਿਹੇਵੀਅਰ, ਵਾਇਲੈਂਟ ਬਿਹੇਵੀਅਰ। ਉਹ ਹਿਸਟਰੀ ਲੈ ਕੇ ਪਤਾ ਲੱਗਿਆ ਕਿ ਉਹ ਪਿਛਲੇ 2 ਦਿਨ ਤੋਂ ਲਗਾਤਾਰ ਚਾਈਨੀਜ਼ ਗੇਮ ਹੈ ਪਬਜੀ ਕਰਕੇ, ਤਾਂ ਲਗਾਤਾਰ ਹੀ ਖੇਡੀ ਜਾਂਦਾ ਪਿਆ। ਉਹਨੂੰ ਅਡਿਕਟ ਹੈਗਾ, ਪਿਛਲੇ ਮਹੀਨੇ ਤੋਂ ਲਗਾਤਾਰ ਹੀ ਚਾਈਨੀਜ਼ ਗੇਮ ਖੇਡੀ ਜਾ ਰਿਹਾ, ਉਹ 2 ਦਿਨ ਤੋਂ ਕੰਟੀਨਿਊਸਲੀ ਡੇ ਐਂਡ ਨਾਈਟ ਕਰੀ ਜਾ ਰਿਹਾ। ਉਹ ਵੈਸੇ ਬੱਚਿਆਂ ਨੂੰ ਤਾਂ ਬੜਾ ਹਾਈ ਰਿਸਕ ਹੈਗਾ ਇਹ ਗੇਮਸ, ਫਿਟ ਸਪੈਂਡ ਦਾ ਖਤਰਾ ਹੁੰਦਾ, ਬਿਹੇਵੀਅਰ ਚੇਂਜਿਸ, ਸਾਈਕੇਟ੍ਰਿਕ ਨਿਊਰੋ ਸਾਈਕੇਟ੍ਰਿਕ ਚੇਂਜਿਸ ਆ ਜਾਂਦੀ ਹੈ। ਤਾਂ ਪੇਰੈਂਟਸ ਨੂੰ ਚਾਹੀਦਾ ਕਿ ਇਹ ਜੇ ਕੋਈ ਬੱਚੇ ਜ਼ਿਆਦਾ ਇਹਨਾਂ ਨੂੰ ਜਿਹੜੇ ਟੱਚ ਵਾਲੇ ਮੋਬਾਈਲ ਨਹੀਂ ਦੇਣੇ ਚਾਹੀਦੇ, ਅਗਰ ਦੇਣੇ ਵੀ ਹੈ ਤਾਂ ਉਹਨਾਂ ਨੂੰ ਨਜ਼ਰ ਰੱਖਣੀ ਚਾਹੀਦੀ ਹੈ। ਕਿਸ ਕੰਡੀਸ਼ਨ 'ਚ ਸਰ ਬੱਚਾ ਜਿਹੜਾ ਤੁਹਾਡੇ ਕੋਲ ਆਇਆ ਸੀ? ਨਹੀਂ, ਹੁਣ ਤਾਂ ਬੈਟਰ ਹੈ, ਪਰ ਜਦੋਂ ਆਇਆ ਸੀ ਉਹ ਹੀ ਵਾਜ਼ ਵੈਰੀ ਇਰੈਲੀਵੈਂਟ ਐਂਡ ਵਾਇਲੈਂਟ ਬਿਹੇਵੀਅਰ। ਤੁਹਾਨੂੰ ਐਸੇ ਬੱਚੇ ਨੂੰ ਫਿਟਸ ਵੀ ਪਿਆ ਇਹਨੂੰ ਛੋਟਾ ਜਿਹਾ, ਐਪੀਲੈਪਟਿਕ ਫਿਟਸ ਪੈਣ ਦਾ ਬਹੁਤ ਖਤਰਾ ਹੁੰਦਾ। ਤਾਂ ਪਹਿਲਾਂ ਵੀ ਸਰ ਇੱਦਾਂ ਦਾ ਕੋਈ ਕੇਸ ਤੁਹਾਡੇ ਕੋਲ ਆਇਆ? ਹਾਂ, ਇੱਕ ਕੇਸ ਪਹਿਲੇ ਵੀ ਆਇਆ ਸੀ, ਉਹ ਵੀ ਠੀਕ ਹੋ ਗਿਆ ਸੀ। ਪਰ ਇਹ ਪੇਰੈਂਟਸ ਨੂੰ ਚਾਹੀਦਾ ਕਿ ਖੁਦ ਵੀ ਘੱਟ ਮੋਬਾਈਲ ਚਲਾਉਣ, ਵਿਹਲੇ ਟਾਈਮ 'ਤੇ ਮੋਬਾਈਲ ਦੀ ਬਜਾਏ ਕੁਛ ਹੋਰ ਐਕਟੀਵਿਟੀ ਪਲੇ, ਕੁਛ ਗੇਮ ਟਾਈਪ ਕਰਨੀ ਚਾਹੀਦੀ। ਮੋਬਾਈਲ ਦੇ ਨਾਲ ਤਾਂ ਬੱਚਿਆਂ ਦੇ ਬ੍ਰੇਨ ਦੇ ਉੱਤੇ ਬਹੁਤ ਜ਼ਿਆਦਾ ਇਫੈਕਟ ਪੈ ਰਿਹਾ, ਔਰ ਪਰਟੀਕੁਲਰਲੀ ਇਹ ਗੇਮ ਜਿਹੜੀ ਹੈ ਬੈਨ ਹੋਣੀ ਚਾਹੀਦੀ। ਇਹਦੇ ਪਿੱਛੇ ਜੇ ਵੀ ਇੱਕ ਸਟੱਡੀ ਆਈ ਸੀ ਕਿ ਬੱਚੇ ਸੁਸਾਈਡਲ ਟੈਂਡੈਂਸੀਜ਼ ਬਹੁਤ ਬਣ ਜਾਂਦੀਆਂ, ਜੇ ਕੋਠੇ ਤੋਂ ਛਲਾਂਗ ਲਗਾਤੀ ਜਾਂ ਸਭ ਕੁਛ ਕਰ ਦਿੱਤਾ। ਤਾਂ ਪੇਰੈਂਟਸ ਨੂੰ ਵੀ ਚਾਹੀਦਾ ਔਰ ਬੱਚਿਆਂ ਨੂੰ ਵੀ ਚਾਹੀਦਾ ਕਿ ਇਹ ਚੀਜ਼ ਨਹੀਂ, ਇਟ ਸ਼ੁੱਡ ਬੀ ਅਵੋਇਡਡ। ਪਿਛਲੇ 2 ਦਿਨ ਤੋਂ ਇਹ ਮੇਰਾ 5ਵਾਂ ਗੇਮ ਖੇਡ ਰਿਹਾ ਸੀਗਾ ਪਬਜੀ, ਅਤੇ ਜੋ ਇਹਦੇ ਨਾਲ ਇਹ ਹਾਲਾਤ ਹੋ ਰਿਹਾ, ਅਤੇ ਮੈਂ ਚਾਹੁੰਦਾ ਕਿ ਸਾਡੇ ਜਿੱਦਾਂ ਸਾਡੇ ਬੱਚੇ ਨਾਲ ਹੋਇਆ ਕਿਸੇ ਦੇ ਬੱਚੇ ਨਾਲ ਨਾ ਹੋਵੇ। ਕਿਸ ਤਰ੍ਹਾਂ ਪਤਾ ਚੱਲਿਆ ਕਿ ਪਬਜੀ ਖੇਡ ਰਹੇ? ਇਹ ਰਜਾਈ ਦੇ ਵਿੱਚ ਮੂੰਹ ਦੇ ਗਏ ਲੱਗਾ ਰਹਿੰਦਾ ਸੀ, 4-4-5 ਘੰਟੇ ਖੇਡਣਾ, ਅਤੇ ਕੱਲ੍ਹ ਰਾਤੀ ਮੈਨੂੰ ਦੇਖਿਆ ਅਤੇ ਲੱਗਦਾ ਸੀ ਖੇਡਣ ਲੱਗਦਾ ਸੀ, ਅਤੇ ਇਹ ਕਹਿੰਦਾ ਮੈਂ 2 ਦਿਨ ਤੋਂ ਖੇਡ ਰਿਹਾ ਅਤੇ ਅੱਜ ਇਹ ਹਾਲਾਤ ਇਹਦੇ ਬਣੇ। ਕਿਸ ਤਰ੍ਹਾਂ ਹਾਲਾਤ ਬਣੇ ਫਿਰ ਕਿ ਜਿਹੜਾ ਹੋਸਪਿਟਲ ਲੈਣਾ ਪਿਆ? ਇਹਦੀ ਹਾਰਟਬੀਟ ਤੇਜ਼ ਹੋ ਗਈ ਸੀਗੀ, ਅਤੇ ਕਾਲੀ ਤਾਂ ਕਾਲੇਪਣ ਮਹਿਸੂਸ ਕਰ ਰਿਹਾ ਸੀ, ਬਾਹਰ ਨਿਕਲ ਕੇ ਜਾ ਰਿਹਾ ਸੀ, ਅਤੇ ਫਿਰ ਰਾਤ ਨੂੰ ਆਪਾਂ 11 ਵਜੇ ਡਾਕਟਰ ਕਨਵਰ 'ਤੇ ਲੈ ਕੇ ਆਏ ਹਾਂ। ਇਹ ਕੋਈ 2 ਦਿਨ? ਹਾਂਜੀ ਹਾਂਜੀ, ਚਿੜਚਿੜਾ ਪੰਜ ਹੋ ਗਿਆ ਸੀਗਾ 2 ਦਿਨਾਂ ਨੂੰ, ਅਤੇ ਆਪਾਂ ਨੂੰ ਬੜਾ ਰੋਕਿਆ ਟੋਕਿਆ ਕੀ ਗੱਲ ਕੀ ਹੈ ਤੈਨੂੰ, ਅਤੇ ਕੁਝ ਦੱਸਦਾ ਨਹੀਂ। ਅਤੇ ਕੀ ਬਾਕੀ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ? ਬਾਕੀ ਬੱਚਿਆਂ ਨੂੰ ਇਹ ਮੈਸੇਜ ਹੈ ਕਿ ਇਹਦੀ ਇਸ ਗੇਮ ਦੇ ਉੱਤੋਂ ਥੋੜ੍ਹਾ ਜਿਹਾ ਡਾਇਰੈਕਟ ਆ ਕੇ ਆਪਣੇ ਪੜ੍ਹਾਈ ਵੱਲ ਧਿਆਨ ਦੇਣ, ਅਤੇ ਇੱਥੋਂ ਥੋੜ੍ਹਾ ਦੂਰ ਆ, ਇਹ ਖਤਰਨਾਕ ਗੇਮ ਆ, ਔਰ ਸਰਕਾਰ ਅੱਗੇ ਅਸੀਂ ਇਹੀ ਮੰਗ ਕਰਦੇ ਹਾਂ ਕਿ ਇਸ ਔਨਲਾਈਨ ਗੇਮਾਂ 'ਤੇ ਰੋਕਥਾਮ ਲੱਗੀ ਜਾਏ। ਅਤੇ ਡਾਕਟਰਾਂ ਦਾ ਕੀ ਕਹਿਣਾ ਹੁਣ, ਕੀ ਕੰਡੀਸ਼ਨ? ਡਾਕਟਰ ਕਹਿੰਦੇ ਕਿ ਫਿਲਹਾਲ ਤਾਂ ਠੀਕ ਹੈ, ਬਾਕੀ 2-3 ਦਿਨ ਕਰਨੇ ਪੈਣਾ। ਬੰਗਾਲ ਦੇ ਪ੍ਰਸਿੱਧ ਅਗੋਰੀ ਬਾਬਾ ਬਾਲ ਕ੍ਰਿਸ਼ਨ ਜੀ, 36 ਸਾਲਾਂ ਦਾ ਮਹਾਨ ਤਜੁਰਬਾ,
ਜੋਤਸ਼ੀ ਮੌਲਵੀ, ਤਾਂਤਰਿਕ ਬਾਬੇ ਬਾਬਿਆਂ ਕੋਲ ਜਾਵੋ ਬਾਰੋ ਵਾਰੀ, ਅਘੋਰੀ ਬਾਬਾ ਬਾਲ ਕ੍ਰਿਸ਼ਨ ਜੀ ਕੋਲ ਆਵੋ ਸਿਰਫ ਇੱਕ ਵਾਰੀ। ਘਰ ਬੈਠੇ ਬੈਠੇ ਹੀ ਹਰ ਕੰਮ ਸਿਰਫ 7 ਘੰਟਿਆਂ ਵਿੱਚ, ਗਰੰਟੀ ਅਸਟਾਮ ਪੇਪਰ 'ਤੇ ਲਿਖ ਕੇ ਲਵੋ ਜੀ। ਨਵੇਂ ਸਾਲ ਦਾ ਭਵਿੱਖ ਮੁਫਤ ਵਿੱਚ ਜਾਣੋ। ਸੁਪਰ ਸਪੈਸ਼ਲਿਸਟ ਮਹਾਂਵਸ਼ੀਕਰਨ, ਮਨ ਚਾਹਿਆ ਪਿਆਰ ਪ੍ਰਾਪਤ ਕਰੋ, ਲਵ ਮੈਰਿਜ ਲਈ ਘਰ ਵਾਲਿਆਂ ਨੂੰ ਮਨਾਓ, ਵਿਦੇਸ਼ਾਂ ਦਾ ਵੀਜ਼ਾ ਲਗਵਾਓ, ਵਿਦੇਸ਼ ਵਿੱਚ ਗ੍ਰੀਨ ਕਾਰਡ ਲੈ ਕੇ ਪੱਕੇ ਹੋਵੋ, ਕਾਰੋਬਾਰ ਵਿੱਚ ਪੈਂਦੀ ਰੁਕਾਵਟ ਨੂੰ ਦੂਰ ਕਰੋ, ਰਾਤੋਂ ਰਾਤ ਕਰਜ਼ੇ ਤੋਂ ਮੁਕਤੀ ਪਾਓ, ਪਤੀ ਪਤਨੀ ਸੱਸ ਨੂੰਹ ਵਿੱਚ ਹੋ ਰਹੇ ਲਗਾਤਾਰ ਕਲੇਸ਼ ਨੂੰ ਦੂਰ ਕਰੋ, ਸੋਤਣ ਤੋਂ ਛੁਟਕਾਰਾ ਪਾਓ, ਦੁਸ਼ਮਣ ਦਾ ਜੜ ਤੋਂ ਖਾਤਮਾ ਕਰੋ, ਬੱਚਿਆਂ ਨੂੰ ਕਹਿਣਾ ਮੰਨਣ ਲਾਵੋ, ਕਿਸੇ ਵੀ ਕੋਰਟ ਵਿੱਚ ਜਿੱਤ ਪ੍ਰਾਪਤ ਕਰੋ, ਹਰ ਬਿਮਾਰੀ ਨੂੰ ਜੜ ਤੋਂ ਖਤਮ ਕਰੋ, ਲਾਟਰੀ ਨੰਬਰ ਅਤੇ ਗੁਪਤ ਖਜ਼ਾਨਾ ਪ੍ਰਾਪਤ ਕਰਨ ਲਈ ਵੀ ਮਿਲ ਸਕਦੇ ਹੋ, ਸਾਰੀਆਂ ਸਮੱਸਿਆਵਾਂ ਦਾ ਹੱਲ ਮੁਫਤ ਵਿੱਚ ਗਰੰਟੀ ਨਾਲ 7 ਘੰਟਿਆਂ ਵਿੱਚ ਹੋਵੇਗਾ। ਮੌਲਵੀ ਮੁੱਲਾ, ਪੰਡਿਤ ਤਾਂਤਰੀ ਨੂੰ ਖੁੱਲ੍ਹਾ ਚੈਲੰਜ, ਮੇਰੇ ਤੋਂ ਪਹਿਲਾਂ ਕੰਮ ਕਰਾ ਕੇ ਦਿਖਾਓ, ਮੂੰਹ ਮੰਗਿਆ ਇਨਾਮ ਪਾਓ। ਹੁਣ ਤੱਕ ਲੱਖਾਂ ਲੋਕਾਂ ਦਾ ਕੰਮ ਬਣਾ ਚੁੱਕੇ ਅਘੋਰੀ ਬਾਬਾ ਬਾਲ ਕ੍ਰਿਸ਼ਨ ਜੀ ਤੋਂ ਤੁਸੀਂ ਹਰ ਇੱਕ ਸਮੱਸਿਆ ਮੁਫਤ ਵਿੱਚ ਹੱਲ ਕਰਨ ਲਈ ਸੰਪਰਕ ਕਰੋ 8264143264। ਤੁਸੀਂ ਦੁਬਾਰਾ ਨੰਬਰ ਫਿਰ ਨੋਟ ਕਰ ਸਕਦੇ ਹੋ 82641 43264।